ਜਦੋਂ ਮੈਂ ਪਹਿਲੀ ਜਦੋਂ ਫਿਲਮ ਕੀਤੀ ਨਾ ਜਦੋਂ ਜਦੋਂ ਉਹਦੇ ਵਿੱਚ ਅਸੀਂ ਮੈਨੂੰ ਕਈ ਲੋਕਾਂ ਨੇ ਕਿਹਾ ਕਹਿੰਦੇ ਸੀ ਸਾਨੂੰ ਫਿਲਮ ਬੜੀ ਇੰਜੋਏ ਕੀਤੀ, ਬੜਾ ਲਿਮਿਟਡ ਬਜਟ ਦੀ ਫਿਲਮ ਸੀਗੀ ਔਰ ਉਹਦੇ ਵਿੱਚ ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਫਿਲਮ ਨੇ ਅੱਛਾ ਬਿਜ਼ਨਸ ਕੀਤਾ। ਸਾਨੂੰ ਇੱਦਾਂ ਲੱਗਦਾ ਸੀਗਾ ਕਿ 2 ਘੰਟੇ ਦਾ ਕਪਿਲ ਸ਼ਰਮਾ ਦਾ ਸ਼ੋਅ ਦੇਖਿਆ, ਕਿਉਂਕਿ ਉਹਦੇ ਵਿੱਚ ਸਾਰੀ ਇੱਦਾਂ ਦੀ ਗੱਲਾਂ ਬਾਤਾਂ ਸੀਗੀਆਂ ਕਿ 4 ਬੋਟੀਆਂ ਨੇ, 3 ਬੋਟੀਆਂ ਨੇ, 1 ਗਰਲਫ੍ਰੈਂਡ ਲਿਆਈ ਹੈ ਵੋ। ਤੇ ਫਿਰ ਰਾਜੀਵ ਤੁਸੀਂ ਤੇ ਤੁਹਾਨੂੰ ਤਾਂ ਖੈਰ ਪਤਾ ਹੀ ਹੈ, ਪਰ ਮੈਂ ਜਿਹੜੇ ਸੁਣ ਰਹੇ ਨੇ ਸਾਡੇ ਦਰਸ਼ਕ ਉਹਨਾਂ ਨੂੰ ਵੀ ਦੱਸ ਦੇਵਾਂ ਕਿ ਰਾਜੀਵ ਵੀ ਸਾਡਾ ਕਾਲਜ ਟਾਈਮ ਦਾ ਫਰੈਂਡ ਹੈ ਔਰ ਉਹਨੇ ਮੈਨੂੰ ਕਿਹਾ ਕਿ ਤੇਰੀ ਇਮੇਜ ਇੱਦਾਂ ਦੀ ਆ ਕਿ ਤੂੰ ਕੋਈ ਸੀਰੀਅਸ ਗੱਲ ਵੀ ਕਰਦਾ ਤੇ ਲੋਕੀ ਹੱਸਦੇ ਨੇ, ਕਿਉਂ ਨਾ ਅਸੀਂ ਇੱਦਾਂ ਦੀ ਕੋਈ ਚੀਜ਼ ਕਰੀਏ। ਕਿਉਂਕਿ ਪਾਰਟੀਸ਼ਨ ਤੋਂ ਪਹਿਲਾਂ ਦੀਆਂ ਜਿੰਨੀਆਂ ਵੀ ਫਿਲਮਾਂ ਬਣੀਆਂ ਨੇ ਬਿਫੋਰ 47 ਸਾਰੇ ਡਾਰਕ ਸਾਈਡ ਦੀ ਗੱਲ ਕਰਦੇ ਨੇ, ਜੋ ਵੀ ਮਤਲਬ ਪਾਰਟੀਸ਼ਨ ਟਾਈਮ ਟ੍ਰੈਜਡੀ ਹੋਈ, ਜੋ ਵੀ ਮਾਰਕਟ ਹੋਈ, ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਪਿਆ ਵਾ ਉਹ ਮੇਰੇ ਖਿਆਲ ਨਾਲ ਪੰਜਾਬ ਵਾਲਿਆਂ ਦੇ ਪਿਆ, ਕਿਉਂਕਿ ਦੁਨੀਆਂ ਦੀ ਨਜ਼ਰ ਦੇ ਵਿੱਚ ਹਿੰਦੁਸਤਾਨ ਦੀ ਵੰਡ ਸੀਗੀ, ਪਰ ਅਸਲ ਦੇ ਵਿੱਚ ਵੇਖਿਆ ਜਾਵੇ ਤੇ ਪੰਜਾਬ ਵੰਡਿਆ ਗਿਆ ਸੀਗਾ। ਜਿਹੜੇ ਪੰਜਾਬ ਦੇ ਵਿੱਚ ਜਿਹੜੇ ਲੋਕ ਲਾਹੌਰ ਗਏ ਜਾਂ ਲਾਹੌਰ ਤੋਂ ਸ਼ਿਫਟ ਹੋ ਕੇ ਇੱਧਰ ਨੂੰ ਆਏ ਜਾਂ ਜੋ ਵੀ ਸੀਗਾ, ਫਿਰ ਅਸੀਂ ਇਹ ਸੋਚਿਆ ਕਿ ਹਮੇਸ਼ਾ ਹੀ ਆਜ਼ਾਦੀ ਦੀ ਗੱਲ ਹੁੰਦੀ ਆ ਜਾਂ ਮਹਾਤਮਾ ਗਾਂਧੀ ਦੀ ਗੱਲ ਹੁੰਦੀ ਆ ਜਾਂ ਕ੍ਰਾਂਤੀਕਾਰੀ ਦੀ ਗੱਲ ਹੁੰਦੀ ਆ, ਉਸ ਸਮੇਂ ਵੀ ਲਾਈਫ ਜਿਹੜੀ ਸੀ ਨੋਰਮਲ ਚੱਲਦੀ ਸੀਗੀ, ਲੋਕੀ ਆਪਣੀ ਲਾਈਫ ਜਿਉਂਦੇ ਸੀਗੇ। ਅਸੀਂ ਕਦੀ ਕਦੀ ਆਪਣੇ ਬਜ਼ੁਰਗਾਂ ਕੋਲ ਸੁਣਦੇ ਹਾਂ, ਹੁਣ ਤੁਹਾਡੇ ਰੇਡੀਓ ਤੇ ਮੈਂ ਕਹਿ ਸਕਦਾ ਵਾਂ ਇੰਡੀਆ ਚ ਮੈਂ ਇੰਨੀ ਗੱਲ ਕਹਿਣਾ ਤੇ ਮੇਰੇ ਤੇ ਫਿਰ ਦੂਜਾ ਪੰਜਵਾਂ ਕੇਸ ਹੋ ਜੇ, ਵੀ ਕਈ ਸਾਡੇ ਬਜ਼ੁਰਗ ਏਦਾਂ ਨੀ ਕਹਿੰਦੇ ਹੁੰਦੇ ਖਿੱਚ ਕੇ ਵੀ ਯਾਰ ਅੰਗਰੇਜ਼ ਚੰਗੇ ਸੀਗੇ, ਬੜਾ ਵਧੀਆ ਕੰਮ ਕਰਦੇ ਸੀਗੇ। ਹੁਣ ਵੀ ਅਸੀਂ ਹੁਣ ਅਸੀਂ ਜਿੱਦਾਂ ਬੰਬੇ ਰਹਿੰਦੇ ਹਾਂ ਤੇ ਜਿਹੜੇ ਬੰਬੇ ਦੇ ਲੋਕ ਨੇ ਉਹ ਵੀ ਇਹ ਮੰਨਦੇ ਕਿ ਜਿਹੜਾ ਪੁਰਾਣਾ ਬੰਬੇ ਆ, ਜਿਹੜਾ ਓਲਡ ਬੰਬੇ ਆ, ਵੀਟੀ ਸਟੇਸ਼ਨ ਹੋ ਗਿਆ ਜਾਂ ਤਾਜ ਸਾਈਡ ਵਾਲਾ ਜਿਹੜਾ ਬੰਬੇ ਆ, ਉਹ ਸਾਰਾ ਅੰਗਰੇਜ਼ਾਂ ਨੇ ਡਿਵੈਲਪ ਕੀਤਾ ਹੋਇਆ ਸੀਗਾ। ਉਸ ਤੋਂ ਬਾਅਦ ਜਦੋਂ ਸਾਡੇ ਆਰਕੀਟੈਕਚਰ ਦਾ ਕੰਮ ਹੋਇਆ, ਜਦੋਂ ਸਾਡੇ ਬੰਦੇ ਆਏ, ਉਹਨਾਂ ਨੇ ਕੰਮ ਚਲਾਉ ਜਿਹਾ ਕੰਮ ਕੀਤਾ। ਸੋ ਉਹਨਾਂ ਦੀਆਂ ਗਲਤੀਆਂ ਵੀ ਹੋਣਗੀਆਂ, ਬੰਦੇ ਮਾੜੇ ਵੀ ਹੋਣਗੇ, ਚੰਗੇ ਵੀ ਹੋਣਗੇ, ਹਰ ਜਗ੍ਹਾ ਹੁੰਦੇ ਆ। ਸੋ ਇਹ ਫਿਲਮ ਦੀ ਕਹਾਣੀ ਇੱਦਾਂ ਦੀ ਸੀਗੀ ਕਿ ਅਸੀਂ ਪੀਰੀਅਡ ਫਿਲਮ ਦੇ ਵਿੱਚ ਉਸ ਪੀਰੀਅਡ ਦੇ ਵਿੱਚ ਜਾਈਏ ਬਿਫੋਰ 47 ਦੇ ਵਿੱਚ, ਪਰ ਉਹ ਡਾਰਕ ਚੀਜ਼ਾਂ ਨੂੰ ਟੱਚ ਨਾ ਕਰਦੇ ਹੋਏ ਨੋਰਮਲ ਲਾਈਫ ਦੀ ਗੱਲ ਕਰੀਏ। ਸੋ ਇਹ ਵਨ ਲਾਈਨਰ ਬੜਾ ਸੋਹਣਾ ਸੀਗਾ। ਸੋ ਰਾਜੀਵ ਨੇ ਔਰ ਉਹਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਸੋ ਮੈਨੂੰ ਵਨ ਲਾਈਨਰ ਬੜਾ ਸੋਹਣਾ ਲੱਗਿਆ ਵੀ ਇੱਕ ਬੰਦਾ ਉਹ ਅੰਗਰੇਜ਼ਾਂ ਲਈ ਕੰਮ ਕਰਦਾ ਵਾ, ਪਹਿਲਾਂ ਤੇ ਕੰਮ ਨਹੀਂ ਕਰਦਾ, ਉਹਦੇ ਘਰਦੇ ਨੂੰ ਕਹਿੰਦੇ ਵੀ ਤੂੰ ਕੰਮ ਨਹੀਂ ਕਰਦਾ, ਤੂੰ ਇਹ ਉਹ ਦਫਾ ਹੋ ਜਾ, ਜਿੱਦਾਂ ਸਾਡੇ ਘਰਦੇ ਨੇ ਐਕਸਪੈਕਟੇਸ਼ਨ ਹੁੰਦੀਆਂ ਨੇ ਜੀ। ਤੇ ਉੱਤੋਂ ਇਹੋ ਜਿਹੇ ਵਿਹਲੇ ਬੰਦੇ ਨੂੰ ਪਿਆਰ ਹੋ ਜਾਂਦਾ, ਕਿਉਂਕਿ ਹੁਣ ਵਿਹਲੇ ਨੂੰ ਬੰਦੇ ਨੂੰ ਪਿਆਰ ਹੀ ਹੋਣਾ, ਔਰ ਜੇ ਕੰਮ ਹੈ ਨਹੀਂ ਤਾਂ ਉਹ ਕੀ ਕਰੂਗਾ, ਉਹ ਵੀ ਕੰਮ ਕੁਝ ਨਹੀਂ ਕਰਦਾ। ਜਦੋਂ ਕੰਮ ਮਿਲ ਜਾਂਦਾ ਉਹਨੂੰ ਤੇ ਫਿਰ ਰਿਸ਼ਤਾ ਲੈ ਕੇ ਜਾਂਦੇ, ਉਦੋਂ ਜਿਹੜਾ ਕੁੜੀ ਦਾ ਦਾਦਾ ਉਹ ਕਹਿੰਦਾ ਕਿ ਅਸੀਂ ਤੇ ਗਾਂਧੀਵਾਦੀ, ਅਸੀਂ ਤੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੀ ਸੋਚਣ ਦੇ ਹਾਂ, ਤੇ ਤੁਸੀਂ ਅੰਗਰੇਜ਼ਾਂ ਦੀ ਨੌਕਰੀ ਜਾਂਦੇ ਕਰੀ ਜਾਂਦੇ, ਤੁਹਾਨੂੰ ਅਸੀਂ ਕਿੱਦਾਂ ਆਪਣੀ ਕੁੜੀ ਵਿਆਹ ਦੀਏ। ਫਿਰ ਬੰਦਾ ਸੋਚਦਾ ਯਾਰ, ਕਹਿੰਦਾ ਮੈਂ ਗਲਤ ਕੀਤਾ ਕੀ ਆ, ਇੱਕ ਤਾਂ ਜਦੋਂ ਮੈਂ ਕੰਮ ਨਹੀਂ ਸੀ ਕਰਦਾ। ਤੇ ਉਹ ਬੜੇ ਅੰਡਰਡੌਗ ਜਿਹੇ ਕਰੈਕਟਰ ਦੀ ਕਹਾਣੀ ਆ, ਵਿਚਾਰਾ ਜਿਹੜਾ ਚੰਗਾ ਕਰਨਾ ਚਾਹੁੰਦਾ ਵਾ ਪਰ ਉਹਦਾ ਹੁੰਦਾ ਮਾੜਾ ਹੀ ਆ। ਸੋ ਇਹਦੇ ਵਿੱਚ ਕਾਫੀ ਸਾਰੇ ਐਲੀਮੈਂਟਸ ਨੇ ਕਿ ਜਿੱਦਾਂ ਫੈਮਿਲੀ ਦੇ ਵਿੱਚ ਜਿੰਨਾ ਕੁ ਛੋਟਾ ਮੋਟਾ ਹਿਊਮਰ ਹੁੰਦਾ ਵਾ, ਜਿੰਨੀ ਕੁ ਹਾਸਾ ਖੇਡਾ ਹੁੰਦਾ ਉਹ ਵੀ ਆ, ਫਿਰ ਇਹਦੇ ਵਿੱਚ ਥੋੜਾ ਰੋਮਾਂਸ ਵੀ ਆ ਉਸ ਸਮੇਂ ਦਾ ਵੀ ਅੱਜ ਤੋਂ 100 ਸਾਲ ਪਹਿਲਾਂ। ਪਹਿਲੀ ਗੱਲ ਤੇ ਜੇ ਹੁੰਦਾ ਵੀ ਹੋਊਗਾ ਤੇ ਕੋਈ ਕਿਸੇ ਦੱਸਦਾ ਨਹੀਂ, ਪਤਾ ਵੀ 76 ਪੈਣੇ ਵਿਆਹ ਤੇ ਹੋਣਾ ਨੀ ਜੀ, ਉਦਾਂ ਦਾ ਰੋਮਾਂਸ ਵੀ ਆ ਉਸ ਸਮੇਂ ਦਾ। ਸੋ ਥੋੜਾ ਜਿਹਾ ਡਰਾਮਾ ਵੀ ਆ, ਥੋੜਾ ਥ੍ਰਿਲ ਵੀ ਆ, ਥੋੜਾ ਐਕਸ਼ਨ ਵੀ ਆ। ਸੋ ਮਜ਼ਾ ਆਇਆ ਫਿਲਮ ਕਰਕੇ, ਜਦੋਂ ਸਾਨੂੰ ਮਜ਼ਾ ਆਇਆ ਮੈਨੂੰ ਲੱਗਦਾ ਵੀ ਲੋਕਾਂ ਨੂੰ ਮਜ਼ਾ ਆਊਗਾ ਦੇਖ ਕੇ। ਤੇ ਇਸ ਕਰਕੇ ਮੈਨੂੰ ਬੜੀ ਵਧੀਆ ਲੱਗੀ ਸਟੋਰੀ, ਮੇਰੇ ਸਾਹਮਣੇ ਬਣੀ ਹੈ। ਔਰ ਕਿਉਂਕਿ ਰਾਜੀਵ ਮੈਨੂੰ ਬਚਪਨ ਤੋਂ ਜਾਣਦਾ ਵਾ, ਆਪਣਾ ਸਕੂਲ ਟਾਈਮ ਦਾ ਫਰੈਂਡ ਆ, ਉਹਨੂੰ ਪਤਾ ਸੀਗਾ ਵੀ ਇਹ ਕਿਹੜੀ ਕਿਹੜੀ ਚੀਜ਼ ਨੂੰ ਸੂਟ ਕਰੂਗੀ। ਮਤਲਬ ਕਿਉਂਕਿ ਇੱਕ ਆਪਾਂ ਕਹਿੰਦੇ ਨਾ ਪੰਜਾਬੀ ਚ ਵੀ ਕਿੰਨੇ ਕੁ ਪਾਣੀ ਚ ਆ ਬੰਦਾ, ਤੇ ਇੰਨਾ ਪਤਾ ਹੁੰਦਾ ਇੱਕ ਦੂਜੇ ਨੂੰ। ਤੇ ਸੋਹਣੀ ਫਿਲਮ ਬਣਾਈ ਔਰ ਦਿਲ ਲਾ ਕੇ ਬਣਾਈ, ਔਰ ਰਿਸਪੋਂਸ ਵੀ ਅੱਛਾ ਆ ਰਿਹਾ ਟ੍ਰੇਲਰ ਦਾ। ਸੋ ਹੋਪ ਸਾਰਿਆਂ ਨੂੰ ਪਸੰਦ ਆਊਗੀ।